ਕਿ ਸੂਤੀ ਰਾਮ ਤੁਲਾ ਕੋਈ ਛੋਟਾ ਜਣਾ ਨਹੀਂ, ਜਿਹਨੇ ਹਜ਼ੂਰ ਦੇ ਵਾਲਦੈਨ ਦੀ ਸ਼ਾਨ ਚ ਕਿਤਾਬਾਂ ਲਿਖੀਆਂ ਨੇ ਤੇ ਹਜ਼ੂਰ ਨੇ 72 ਜਾਂ 75 ਮਰਤਬਾ ਜਾਗ ਦੇ ਆਪਣੀ ਜ਼ਿਆਰਤ ਕਰਵਾਈ ਹੈ। ਇੱਕ ਨਾਂ ਹੈ ਅਬਦੁੱਲਾ ਬਿਨ ਮੁਬਾਰਕ ਰਹਿਮਤੁੱਲਾ ਅਲੈਹ, ਇੱਕ ਨਾਂ ਹੈ ਅਮਾਰ ਬਿਨ ਮਨਸੂਰ ਰਹਿਮਤੁੱਲਾ ਅਲੈਹ। ਇਹ ਨਾਂ ਕਿਤਾਬਾਂ ਚ ਮੌਜੂਦ ਨੇ, ਨਾਂ ਮੰਨਣ ਵਾਸਤੇ ਮੇਰੇ ਕੋਲ ਕੋਈ ਦਲੀਲ ਨਹੀਂ ਤੇ ਨਾ ਮੈਂ ਕਦੀ ਜ਼ਿੰਦਗੀ ਚ ਆਖਿਆ ਤੈਨੂੰ ਮਨਾ ਕੇ ਛੱਡਣਾ, ਮੇਰੇ ਨੂੰ ਨਾ ਮਨ ਆਪੇ ਲਿੱਤਰ ਖਾਏਗਾ, ਮੈਂ ਤੇ ਬਿਆਨ ਕਰਨ ਵਾਲਿਆਂ ਚੋਂ ਉਹਦਾ ਖੁਲਾਸਾ ਬਿਆਨ ਕਰ ਦੇਣਾ। ਬੜੀ ਤਵੱਜੋ ਚਾਹਨਾ, ਇੰਜ ਮਜਮਾ ਲੱਗਾ ਜਿਵੇਂ ਮੈਂ ਤਕਰੀਰ ਕਰਨਾ ਪਿਆ। ਹਜ਼ਰਤ ਸਾਹਿਬ ਤਕਰੀਰ ਕਰ ਰਹੇ ਨੇ, ਇੱਕ ਬੰਦਾ ਗੁੱਠੋ ਉੱਠਿਆ, ਕੁਝ ਗੱਲਾਂ ਮਜਮੇ ਚ ਸਾਰੀਆਂ ਨਹੀਂ ਕਰੀਦੀਆਂ, ਤਵੱਜੋ ਕਰੋਗੇ ਤੁਹਾਨੂੰ ਸਮਝ ਆ ਜਾਏਗੀ, ਨਾ ਵੀ ਬਿਆਨ ਕਰਾਂਗਾ ਤੇ ਸਮਝ ਆ ਜਾਏਗੀ। ਇੱਕ ਬੰਦਾ ਉੱਠਿਆ, ਆਂਦਾ ਨਬੀ ਪਾਕ ਦਾ ਜ਼ਿਕਰ ਸੁਣ ਵਾਲਿਓ, ਮਿਲਾਦ ਮਨਾਉਣ ਵਾਲਿਓ, ਮੈਂ ਫਲਾਂ ਬੰਦਾ ਵਾਂ, ਮੇਰੇ ਘਰ ਇਸ ਵੇਲੇ ਇਹ ਹਾਲਾਤ ਨੇ, ਤੁਹਾਡੇ ਚ ਹੈ ਕੋਈ ਜਿਹੜੇ ਇੰਨੇ ਪੈਸੇ ਮੈਨੂੰ ਕਰਜ਼ਾ ਦੇ ਦੇਵੇ ਤੇ ਮੈਂ ਵਾਅਦਾ ਕਰਨਾ ਕਰਜ਼ਾ ਦੇ ਦਿਆਂਗਾ, ਸਦਕਾ ਖੈਰਾਤ ਜ਼ਕਾਤ ਮੈਂ ਨਹੀਂ ਲੈਣਾ। ਹੁਣ ਤੁਸੀਂ ਸਮਝ ਗਏ ਕਿ ਬੰਦਾ ਕੌਣ ਸੀ, ਨਜ਼ਰਾਨਾ ਦੇ ਦਿਓ। ਉਹ ਹਾਲਾਤ ਦੀ ਕਿਤਾਬ ਦਰਜ ਨੇ, ਮੈਂ ਬਿਆਨ ਕਰਨਾ ਮੁਨਾਸਬ ਨਹੀਂ ਸਮਝਦਾ। ਹਜ਼ਰਤ ਸਾਹਿਬ ਨੇ ਤਕਰੀਰ ਛੱਡ ਦਿੱਤੀ ਤੇ ਐਲਾਨ ਕਰ ਦਿੱਤਾ, ਜਿਹੜਾ ਇਸ ਬੰਦੇ ਦੀ ਖਿਦਮਤ ਕਰੇਗਾ ਅੱਜ ਹਜ਼ੂਰ ਦੀ ਮਹਿਫਲ ਅੰਦਰ, ਉਹਦੇ ਵਾਸਤੇ ਮੈਂ ਖਸੂਸੀ ਦੁਆ ਬਰਕਤ ਦੀ ਕਰਾਂਗਾ। ਆਪ ਨੇ ਐਲਾਨ ਕੀਤਾ, 18-20 ਸਾਲਾਂ ਦਾ ਮੁੰਡਾ, ਉਹ 3 ਰੁਪਈਏ ਸਨ, 3 ਜਿਰਮ ਕਹਿ ਲਓ, ਮੈਂ ਰੁਪਈਏ ਨਾ ਪਿਆ ਸਮਝਾਉਣ ਵਾਸਤੇ 3 ਰੁਪਈਏ। ਉਹਨੇ ਜਾ ਕੇ ਜਨਾਬ ਮੇਰੇ ਕੋਲ ਤੇ ਆਏ ਜੇ ਲੈ ਲਓ। ਮਹਿਫਲ ਸ਼ੁਰੂ ਹੋ ਗਈ, ਤਕਰੀਰ ਮੁੱਕੀ ਤੇ ਦੁਆ ਹੋਣ ਲੱਗੀ ਤੇ ਉਹ ਮੁੰਡਾ ਫਿਰ ਬੋਲਿਆ, ਹਜ਼ਰਤ ਸਾਹਿਬ ਤੁਸੀਂ ਕਿਹਾ ਸੀ ਜਿਹੜਾ ਦੀ ਖਿਦਮਤ ਕਰੇਗਾ ਬਰਕਤ ਦੀ ਦੁਆ ਕੀਤੀ ਜਾਏਗੀ, ਮੈਂ 3 ਰੁਪਈਏ ਦਿੱਤੇ ਨੇ ਤੇ ਦੁਆਵਾਂ ਵੀ 3 ਹੀ ਕਰਾਣੀਆਂ ਨੇ। ਜਿਵੇਂ ਤੁਸੀਂ ਮੁਸਕਰਾਏ ਹੋ ਨਾ, ਕਿਤਾਬ ਜਾਂਦਾ ਮਜਮਾ ਮੁਸਕਰਾਇਆ, ਹਜ਼ਰਤ ਸਾਹਿਬ ਖੁਦ ਵੀ ਮੁਸਕਰਾਏ। ਆਪਨੇ ਫਰਮਾਨ ਅੱਗੇ ਕੱਲੋ, ਉਹ ਰੋਏ ਪਿਆ। ਆਪਨੇ ਫਿਰ ਉਹਨਾਂ ਕਿਉਂ ਹੈ, ਤੂੰ ਕਿਹਾ ਮੈਂ ਰੁਕ ਗਿਆ, ਆਂਦੇ ਹਜ਼ਰਤ ਸਾਹਿਬ ਜਿਹੜੀ ਦੁਆ ਕਰਾਉਣ ਲੱਗਾ ਮੇਰੇ ਅੱਖਾਂ ਚੋਂ ਆਂਸੂ ਆ ਗਏ ਨੇ, ਮੈਂ ਯਤੀਮ ਹਾਂ, ਨਾ ਮੇਰੀ ਮਾਂ ਨਾ ਮੇਰਾ ਬਾਪ ਹੈ, 2-3 ਜਗ੍ਹਾ ਤੂੰ ਵਿਕਦਾ ਵਕਾਂਦਾ ਆ, ਇਹ ਮੈਂ ਦਰ ਖਰੀਦ ਗੁਲਾਮ ਹਾਂ, ਬਾਬਾ ਕੋਈ ਨਹੀਂ ਮੈਨੂੰ ਆਜ਼ਾਦ ਕਰਾਉਣ ਵਾਲਾ, ਮੇਰਾ ਦਿਲ ਵੀ ਕਰਦਾ ਮੈਂ ਆਜ਼ਾਦੀ ਜ਼ਿੰਦਗੀ ਬਸਰ ਕਰਾਂ, ਅੱਜ ਹਜ਼ੂਰ ਦੀ ਮਹਿਫਲ ਅੰਦਰ ਦੁਆ ਕਰਦੇ ਅੱਲਾ ਮੈਨੂੰ ਵੀ ਆਜ਼ਾਦੀ ਨਸੀਬ ਫਰਮਾ ਦੇਵੇ। ਕਫੀਅਤ ਬਦਲੀ, ਉਸੇ ਖਲੂਸ ਨਾਲ ਦੁਆ ਕੀਤੀ ਗਈ, ਲੋਕਾਂ ਨੇ ਆਮੀਨ ਕਹਿਤਾ। ਫਰਮਾਇਆ ਤੇਰੀ ਦੂਜੀ ਦੁਆ ਕਿਹੜੀ ਹੈ, ਆਂਦਾ ਦੂਸਰੀ ਦੁਆ ਮੈਂ ਹੁਣ ਜਿਹਦੇ ਕੋਲ ਆ ਯਹੂਦੀ ਹੈ ਤੇ ਯਹੂਦੀ ਆ ਦੇ ਇਨਸਾਨ ਬੰਦਾ ਚੰਗਾ ਹੈ, ਜ਼ਿਆਦਾ ਮਾਰਦਾ ਝਗੜਦਾ ਕੋਈ ਅਸਰ ਜ਼ਿਆਦਾ ਮੁਸ਼ਕਤ ਨਹੀਂ ਲੈਂਦਾ, ਜਿਵੇਂ ਔਲਾਦ ਦਾ ਖਿਆਲ ਰੱਖਦਾ ਮੇਰਾ ਵੀ ਰੱਖਦਾ ਹੈ, ਮੈਂ ਕਿਤੇ ਬੂਹੇ ਤੇ ਜਾਵਾਂਗਾ ਪਤਾ ਨਹੀਂ ਅੱਗੋਂ ਕਿਹੋ ਜਿਹਾ ਲੱਭੇ, ਥਾਂ ਟਿਕਾਣਾ ਮੇਰੇ ਕੋਲ ਕੋਈ ਨਹੀਂ। ਇਹ ਬਾਬਾ ਦੁਆ ਕਰਦੇ ਅੱਲਾ ਮੇਰੇ ਮਾਲਕ ਨੂੰ ਵੀ ਮਦੀਨੇ ਵਾਲੇ ਸੋਹਣੇ ਦਾ ਗੁਲਾਮ ਬਣਾ ਦੇ। ਫਿਰ ਦੁਆ ਕੀਤੀ ਗਈ, ਆਮੀਨ ਕਿਹਾ ਗਿਆ। ਤੀਸਰੀ ਦੁਆ ਜਦੋਂ ਬੱਚੇ ਨੇ ਹੱਥ ਜੋੜ ਕੇ ਕੀ ਚੀਖ ਮਾਰੀ, ਨਾ ਲੋਕਾਂ ਦੀਆਂ ਵੀ ਚੀਖਾਂ ਨਿਕਲ ਗਈਆਂ, ਕਿਤਾਬ ਚੰਦਰ ਇਕੱਤਰੀ ਹੋ ਗਈ, ਪੈਦਾ ਨਾ ਕਫੀਅਤ ਹੋ ਗਈ, ਲੋਕ ਰੋਣ ਲੱਗ ਪਏ। ਜਦੋਂ ਉਹਨੇ ਅਰਜ਼ ਕੀਤਾ, ਬਾਬਾ ਤੀਸਰੀ ਦੁਆ ਮੇਰੀ ਇਹ ਵੇ, ਉਹਨਾਂ ਚਿਰ ਮੌਤ ਨਾ ਆਏ ਜਿੰਨਾ ਚਿਰ ਹਜ਼ੂਰ ਦੀ ਜ਼ਿਆਰਤ ਨਾ ਹੋ ਜਾਏ। ਚੀਖਾਂ ਵੱਜ ਗਈਆਂ, ਰਿਕੱਤਰੀ ਹੋ ਗਈ, ਵੈਦਾ ਨਾ ਕਫੀਅਤ ਹੋ ਗਈ। ਉਸੇ ਮਾਹੌਲ ਅੰਦਰ ਦੁਆ ਕੀਤੀ ਗਈ, ਮੇਰੇ ਬਜ਼ੁਰਗੋ ਦੋਸਤੋ ਖੁਲਾਸਾ ਏ ਵੇ, ਖਾਲੀ ਹੱਥੀ ਕਰ ਗਿਆ ਤੇ ਮਾਲਕ ਨੇ ਪੁੱਛਿਆ, ਨਾ ਪੈਸੇ ਨਾ ਸੌਦਾ, ਕੀ ਹੋਇਆ ਈ? ਉਹ ਆਂਦਾ ਮੈਂ ਸਾਰੀ ਗੱਲ ਸੁਣਾ ਦਿੱਤੀ। ਉਹਨੇ ਮੈਨੂੰ ਕੋਲ ਬਿਠਾ ਕੇ ਆਂਦਾ, ਫਿਰ ਦੁਆਵਾਂ ਤੇ ਦੱਸ ਕਿਹੜੀਆਂ ਕਰਾਈਆਂ ਨੇ? ਉਹ ਆਂਦਾ ਮੈਂ ਪਹਿਲੀ ਦੁਆ ਦੱਸੀ ਤੇ ਮੇਰੇ ਮਾਲਕ ਮੈਨੂੰ ਆਜ਼ਾਦ ਕਰ ਦਿੱਤਾ। ਆਂਦਾ ਜਾ ਤੈਨੂੰ ਆਜ਼ਾਦ ਕੀਤਾ, ਇੱਥੇ ਰਹਿਣੇ ਜਿਹਦੇ ਜਾਣੇ ਜਾ, ਸਾਰੇ ਹਕੂਕ ਮਾਫ਼, ਪਰ ਦੁਆਵਾਂ ਦੱਸ ਜਾ। ਉਹਨਾਂ ਮਾਲਕਾ ਦੂਜੀ ਦੁਆ ਤੇਰੇ ਵਾਸਤੇ ਪਤਾ ਨਹੀਂ ਛਿੜਕੇਗਾ। ਫਿਰ ਗੁਲਾਮਾਂ ਨੇ ਕਿਹਾ, ਕੋਈ ਗੱਲ ਨਹੀਂ, ਗੱਲ ਕਰ, ਇਹ ਦੁਆ ਕਰਾਈਏ ਅੱਲਾ ਤੂੰ ਵੀ ਖਤਮੇ ਨਬੂਆ ਦੇ ਤਾਜਦਾਰ ਦਾ ਗੁਲਾਮ ਬਣ ਜਾਏ। ਉਹਨਾਂ ਮੈਂ ਗੱਲ ਕੀਤੀ, ਮੇਰੇ ਮਾਲਕ ਨੇ ਕਲਮਾ ਪੜ੍ਹਨਾ ਸ਼ੁਰੂ ਕਰ ਦਿੱਤਾ। ਉਹਨਾਂ ਮੇਰਾ ਯਕੀਨ ਸੀ, ਮੇਰਾ ਈਮਾਨ ਸੀ, ਇਹ ਦੁਆਵਾਂ ਕਬੂਲ ਹੋਈਆਂ ਨੇ।
ਜਦੋਂ ਦੋਹਾਂ ਤੇ ਦੇਰ ਨਾ ਲੱਗੀ ਤੇ ਮੇਰਾ ਦਿਲ ਆਂਦਾ ਤੀਸਰੀ ਵੀ ਅੱਜ ਹੀ ਕਬੂਲ ਹੋਣੀ ਹੈ। ਨਾਲੇ ਫਿਰਦਾ ਨਾਲੇ ਦੂਸਰੀ ਪੜਦਾ ਏ, ਵਾਰ ਵਾਰ ਸੂਰਜ ਵੱਲ ਵੇਂਦਾ ਏ। ਮਸਤਾਨਾ ਸਾਹਿਬ ਇਹ ਸ਼ੇਰ ਮੈਂ ਤੁਹਾਡੀ ਨਜ਼ਰ ਕਰਨਾ, ਨਾਲੇ ਰੋਂਦਾ ਏ ਤੇ ਨਾਲੇ ਹੱਥ ਜੋੜ ਕੇ ਆਂਦਾ। ਉਸਤਾਦ ਮੈਂ ਜਲਾਲੀ ਦਾ ਸ਼ੇਰ ਏ, ਹੱਥ ਜੋੜ ਕੇ ਆਂਦਾ ਏ ਕੀਆ ਹੈ ਵਾਦਾ ਯਾਰ ਨੇ, ਕੀਆ ਹੈ ਵਾਦਾ ਯਾਰ ਨੇ, ਆਉਂਗਾ ਦਿਨ ਦਲੇ, ਕੀਆ ਹੈ ਵਾਦਾ ਯਾਰ ਨੇ, ਕੀਆ ਹੈ ਵਾਦਾ ਯਾਰ ਨੇ, ਆਉਂਗਾ ਦਿਨ ਦਲੇ, ਕੀਆ ਹੈ ਵਾਦਾ ਯਾਰ ਨੇ, ਕੀਆ ਹੈ ਵਾਦਾ ਯਾਰ ਨੇ, ਆਉਂਗਾ ਦਿਨ ਦਲੇ, ਕੀਆ ਹੈ ਵਾਦਾ ਯਾਰ ਨੇ, ਕੀਆ ਹੈ ਵਾਦਾ ਯਾਰ ਨੇ, ਕੀਆ ਹੈ ਵਾਦਾ ਮਦਨੀ ਨੇ, ਕੀਆ ਹੈ ਵਾਦਾ ਸੋਹਣੇ ਨੇ, ਆਊਗਾ ਦਿਲ ਡਲੇ। ਸੂਰਜ ਸੂਰਜ ਖੁਦਾ ਕੇ ਵਾਸਤੇ, ਸੂਰਜ ਖੁਦਾ ਕੇ ਵਾਸਤੇ ਹੋ ਜਾ ਤਲੇ ਤਲੇ, ਸੂਰਜ ਖੁਦਾ ਕੇ ਵਾਸਤੇ, ਸੂਰਜ ਖੁਦਾ ਕੇ ਵਾਸਤੇ, ਸੂਰਜ ਖੁਦਾ ਕੇ ਵਾਸਤੇ ਹੋ ਜਾ ਤਲੇ ਤਲੇ। ਸਾਰੀ ਦੁਨੀਆ ਆਰਾਮ ਨਾਲ ਸੁੱਤੀ ਹੋਈ ਹੈ, ਉਹਨਾਂ ਦੇ ਯਕੀਨ ਤੋਂ ਸਦਕੇ ਤੇ ਉਹਨਾਂ ਦੇ ਮੰਨਣ ਤੋਂ ਸਦਕੇ। ਉੱਚਾ ਬੋਲੋ, ਲੋ ਫਿਰ ਸੁਣ ਲਓ। ਖੁੱਲੀ ਰੱਖੀਏ ਮੈਂ ਨੈਣਾ ਵਾਲੀ ਬਾਰੀ, ਉਡੀਕ ਮੈਨੂੰ ਮਦਨੀ ਦੀ, ਖੁੱਲੀ ਰੱਖੀਏ ਮੈਂ ਨੈਣਾ ਵਾਲੀ ਬਾਰੀ। ਸੂਫੀ ਸਰਦਾਰ ਸਾਹਿਬ ਨਿਸ਼ਾਨ ਨੇ ਕੰਮ ਕੀਤੇ, ਉਹਨਾਂ ਦਾ ਕਲਾਮ ਹੈ। ਖੁੱਲੀ ਰੱਖੀਏ ਮੈਨੇ ਨਾ ਵਾਲੀ ਬਾਰੀ, ਉਡੀਕ ਮੈਨੂੰ ਮਦਨੀ ਦੀ, ਕਦੋਂ ਆਵੇਗੀ ਹੋਏ, ਕਦੋਂ ਆਵੇਗੀ ਸੋਹਣੇ ਦੀ ਸਵਾਰੀ, ਉਡੀਕ ਮੈਨੂੰ ਮਦਨੀ ਦੀ, ਕਦੋਂ ਆਵੇਗੀ। ਮੇਰਾ ਦਿਲ ਅੱਜ ਠੱਕ ਠੱਕ ਕਰਦਾ, ਉਹਦੇ ਆਉਣ ਦਾ ਕਰਾਰ ਲੋਕੋ ਅੱਜ ਦਾ, ਰਾਤ ਲੰਘੀ ਏ ਉਡੀਕ ਵਿੱਚ ਸਾਰੀ, ਉਡੀਕ ਮੈਨੂੰ ਮਦਨੀ ਦੀ, ਖੁੱਲੀ। ਸਾਰੀ ਦੁਨੀਆ ਆਰਾਮ ਨਾਲ ਸੁੱਤੀ ਏ, ਆਨੇ ਮਾਲਕਾ ਹੀ ਸੋਣਾ ਨਹੀਂ। ਕਿਉਂ? ਇਹ ਅੱਜ ਮੇਰੇ ਮਾਹੀ ਮਦਰੀ ਕਰਮ ਫਰਮਾਉਣਾ ਹੀ ਫਰਮਾਉਣਾ ਹੈ। ਯਕੀਨ ਦੇਖੋ, ਸਾਰੀ ਦੁਨੀਆ ਆਰਾਮ ਨਾਲ ਸੁੱਤੀ ਹੈ, ਬਹਿ ਕੇ ਦੂਸੀ ਪੜ ਜਾਣੇ ਪਏ, ਅੱਖਾਂ ਚੋਂ ਆਸੂ, ਸੋਚੋ ਤੇ ਸਹੀ ਰਾਹ ਵੇਂਦੇ ਨੇ ਪਏ ਹਜ਼ੂਰ ਦਾ, ਉਡੀਕਦੇ ਨੇ ਪਏ ਹਜ਼ੂਰ ਨੂੰ। ਕਦੀ ਕਦੀ ਨਾ ਮੰਮੀ ਮਸਤਾਨਾ ਸਾਹਿਬ ਦਾ ਲਾ ਲੈਣਾ, ਹੱਕ ਤੇ ਤੁਹਾਡਾ ਹੀ ਹੈ, ਮੈਂ 25 ਰੁਪਇਆ ਲਾ ਲੈਣਾ। ਇਹ ਮੇਰਾ ਕਲਾਮ ਹੈ, ਕਲਾਮ ਕਾਹਦਾ? ਕਦੀ ਕਦੀ ਐਵੇਂ ਜਿਵੇਂ ਮਿਸਰਾ ਜਿਹਾ ਗੱਲ ਲਈ, ਮੈਂ ਸ਼ਾਇਰ ਨਹੀਂ। ਰੋਂਦੇ ਨੇ, ਚੀਖ ਮਾਰ ਕੇ ਡਿੱਗਿਆ, ਕਹਿੰਦਾ ਰੋਇਆ ਕਿਉਂ ਵੇ, ਕਿਉਂ ਚੀਖਾਂ ਮਾਰਨ ਲੱਗ ਪਏ ਹੈ? ਉਹਨੇ ਆਖਿਆ ਮਦਨੀ ਕਿਉਂ ਨਹੀਂ ਆਇਆ ਸ਼ਮਾ ਪੈ, ਮੇਰਾ ਮਦਨੀ ਕਿਉਂ ਨਹੀਂ ਆਇਆ ਸ਼ਮਾ ਪੈ, ਗਈਆਂ
ਸ਼ਾਮਾਂ ਪੈ ਗਈਆਂ। ਇਸ ਸ਼ਾਮ ਨੂੰ ਸਮਝਦੇ ਹੋ ਨਾ ਮੈਂ ਕਿਹੜੀ ਸ਼ਾਮ ਦਾ ਗੱਲ ਕਰਨਾ, ਰਾਤ ਵੀ ਡਲ ਗਈ ਉਮਰ ਵੀ ਹੁਣ ਪਤਾ ਲੱਗਾ ਜੇ ਸ਼ਾਮਾਂ ਪੈ ਗਈ ਨਾ ਬਾਤ ਹੈ ਨਾ ਮੇਰਾ ਮਦਨੀ ਕਿਉਂ ਨਹੀਂ ਆਇਆ ਸ਼ਾਮਾਂ ਪੈ ਗਈਆ ਉਹਨੇ ਕਿਉਂ ਇਹਨਾ ਚਿਰ ਲਾਇਆ ਸ਼ਾਮਾਂ ਪੈ ਗਈਆ ਮੇਰਾ ਮਦਨੀ ਹੁਣ ਤੇ ਆ ਜਾ ਸ਼ਾਮਾਂ ਪੈ ਗਈਆ ਸ਼ਾਮਾਂ ਪੈ ਗਈਆ ਨਾਰਾ ਭਾਈ ਨਾਰਾ ਮਾਰੋ ਨਾਰਾ ਜਗਬੀਰ ਸਾਰੇ ਬੋਲੋ ਮੇਰੇ ਵੀਰ ਨਾਰਾ ਜਗਬੀਰ ਨਾਰਾ ਏ ਰਿਸਾਲ ਨਾਰਾ ਏ ਖਾਸੀਆ ਤਾਜਦਾਰ ਖਤਮੇ ਨਬੂਆ ਸ਼ਹਿਨਸ਼ਾਹ ਮਰਾਣਾ ਸ਼ਰੀਫ ਸ਼ਹਿਨਸ਼ਾਹ ਮਰਾਣਾ ਸ਼ਰੀਫ ਹਜ਼ਰਤ ਗ੍ਰਾਮੀ ਤਸ਼ੀਫ ਲੈ ਕੇ ਆਏ ਦਿਲ ਦੀਆਂ ਥਾਂ ਗਰਾਈਆਂ ਨੂੰ ਖੁਸ਼ ਆਮਦੀਦ ਕਰਨ। ਹੋਰ ਬਰਕਤਾਂ ਹੋ ਗਈਆਂ ਜੀ, ਪੀਰ ਜੀ ਤਸ਼ੀਫ ਲੈ ਆਏ, ਅੱਲਾ ਹੋਰ ਸ਼ਾਨਾ ਤਾਂ ਫਰਮਾਏ, ਸਾਨੂੰ ਫਖਰ ਹੈ ਜੀ। ਉਦੋਂ ਵੀ ਵਜ਼ਾਰਤ ਮਿਲਦੀ ਸੈਦ ਘਰ ਬੈਠੇ ਖੁਸ਼ ਹੁੰਦੇ ਨੇ। ਆਹੋ ਜੀ ਬਰਾਦਰੀ ਦੀ ਇੱਜ਼ਤ ਹੁੰਦੀ ਹੈ, ਅੱਲਾ ਇਹਨਾਂ ਨੂੰ ਹੋਰ ਇੱਜ਼ਤ ਅਦਮਤ ਤਾ ਫਰਮਾਏ। ਬਹਿ ਜਾਓ ਜੀ, ਨਾ ਬਹਿ ਆਹ ਤਸ਼ੀਰ ਰੱਖੋ ਜਰਾ ਤਸ਼ੀਰ ਰੱਖੋ। ਆਏ ਹਾਏ ਮੇਰਾ ਮਦਨੀ ਕਿਉਂ ਨਹੀਂ ਆਇਆ ਸ਼ਾਮਾਂ ਪੈ ਗਈਆਂ ਸੁਣਿਆ ਸ਼ਾਮਾਂ ਪੈ ਅਗਲੇ ਕੁਆਲੀ ਦਾ ਸੁਣਾ ਮੁਸ਼ਾਇਰੇ ਗਿਲਕਾ ਮੇਰੀ ਤਕਰੀਰ ਸੀ ਤੇ ਬਾਅਦ ਕੁਆਲੀ ਸੀ ਪਤਾ ਨਹੀਂ ਕੌਣ ਸਨ ਉਹ ਕਿਹੜੇ ਸਨ ਅਮੇਰ ਵਾਲੇ ਸ਼ੇਰ ਚਲੋ ਉਹੀ ਸੀ ਉਹ ਮੈਂ ਚੱਲ ਅਸੀਂ ਕੁ ਸੁਣੀਏ ਕੋਈ ਠੁਮਕਾ ਇਹਨਾਂ ਦਾ ਕੀ ਆਉਂਦੇ ਨੇ ਉਹ ਜਨਾਬ ਜਿਹੜੀ ਲੱਗ ਪਏ ਇੱਕ ਉਹਨਾਂ ਜਗ੍ਹਾ ਲਈ ਮੈਨੂੰ ਬੜਾ ਹੀ ਮਜ਼ਾ ਆਇਆ ਉਹ ਜਿਹੜੇ ਮੈਨੂੰ ਪੈਸੇ ਲੋਕਾਂ ਦੇ ਤੇ ਮੈਂ ਉਹ ਸੁੱਟ ਦਿੱਤੇ ਉਹ ਕਦੇ ਕਦੇ ਹੋਣਾ ਤੇ ਇਹ ਵਿੱਚ ਪੈਸੇ ਕੱਟ ਲੈਂਦਾ ਇਹ ਜੋ ਉਧਾਰ ਮੰਗ ਕੇ ਫਿਰ ਤੇਲ ਪਵਾਵਾਂਗੇ ਤੇ ਇੰਨੇ ਕੋਈ ਰੱਖ ਲੈਂਦਾ ਮੈਨੂੰ ਪਤਾ ਨਹੀਂ ਲੱਗਣ ਦਿੰਦਾ ਉਹ ਇੱਕ ਜਗ੍ਹਾ ਪੈ ਲੈਣ ਉਹਨਾਂ ਦੀ ਕੋਈ ਆਪਣਾ ਅਧੀਨ ਹੋਣਾ ਆਪਣਾ ਲਿਖਣ ਵਾਲੇ ਹੋਣਾ ਉਹ ਆਪਣੇ ਅੰਦਾਜ਼ ਨਾਲ ਬਾਹਰ ਮੈਂ ਤੇ ਅੱਛੇ ਹੁਸਨੇ ਸਾਹ ਨਹੀਂ ਰੱਖਾਂਗਾ ਬਈ ਹਜ਼ੂਰ ਦੀ ਗੱਲ ਹੀ ਕਰਦੇ ਹੋਣਗੇ ਉਹਨਾਂ ਪੜ੍ਹਦੇ ਪੜ੍ਹਦੇ ਆਖਣ ਤੇ ਬੜਾ ਮਜ਼ਾ ਆਇਆ ਮੈਨੂੰ ਉਹ ਲਫ਼ਜ਼ ਸਨ ਵੇ ਮੇਰੇ ਮਾਈ ਆਵੇ ਆ ਜਾ ਵੇ ਮੇਰੇ ਮਾਈ ਆਵੇ ਆ ਜਾ ਬੜਾ ਮੈਨੂੰ ਮਜ਼ਾ ਆਇਆ ਮੈਂ ਵੀ ਉੱਠ ਕਰਨ ਲੱਗ ਪਿਆ ਵੇ ਮੇਰੇ ਮਾਈ ਆਵੇ ਆ ਫਿਰ ਮੈਂ ਸੋਚਿਆ ਇਹਦਾ ਮਾਈਆ ਕੁੜੀ ਕਿਹੜਾ ਹੋ ਸਕਦਾ ਮੈਂ ਕਿਹਾ ਵੀ ਮੇਰਾ ਮਾਈਆ ਤੇ ਇੱਕੋ ਜਿਹੇ ਮਦੀਨੇ ਵਾਲਾ ਤੇ ਤੇਰੀ ਮਿਹਰਬਾਨੀ ਦੋ ਮਿੰਟ ਇੰਜ ਆ ਵੇ ਮਦਨੀ ਮਾਈਆ ਆ ਜਾ ਵੇ ਮਦਨੀ ਮਾਈਆ ਉਹ ਐਸਾ ਮਜ਼ਾ ਆਇਆ ਬਾ ਯਕੀਨ ਸੀ ਨਾ ਤੇ ਵੇਖਿਆ ਸੱਜੇ ਵੀ ਨੂਰ ਤੇ ਖੱਬੇ ਵੀ ਨੂਰ ਤੇ ਅੱਗੇ ਵੀ ਨੂਰ ਤੇ ਬੱਚੇ ਨੇ ਚੀਖ ਮਾਰੀ ਡਿੱਗ ਪਿਆ ਅੱਖ ਲੱਗੀ ਤੇ ਕਿਸਮਤ ਜਾਗੀ ਤੇ ਵੇਖਿਆ ਬੀਨੀ ਬੀਨੀ ਖੁਸ਼ਬੂ ਆ ਰਹੀ ਹੈ ਤੇ ਆਵਾਜ਼ ਦੇਣ ਵਾਲਾ ਆਵਾਜ਼ ਦਿੰਦਾ ਹੈ ਉਹ ਰੋਵੋ ਨਹੀਂ ਜਿਹਨੂੰ ਉਡੀਕਦੇ ਸੋ ਉਹ ਤਸ਼ਰੀਫ ਵਾਲਾ